इंटरनेट से ऐसे परी डाउनलोड हो जाएगी। तो भाई ये है जालंधर के कुल्लड़ पिज्जा कपल जो कि खासे फेमस हैं और इनका कुल्लड़ पिज्जा तो बॉलीवुड तक फेमस है। कुल्लड़ पिज्जा डेफिनेशन ऑफ और अभी ये चर्चा में है अपने एमएमएस को लेकर के जो कि वायरल हो रखा है इंटरनेट पे। हालांकि वो दावा कर रहे हैं कि ये एमएमएस उनका नहीं है और ये एआई जनरेटेड है। ਸਵੇਰ ਤੋਂ ਸਾਡੇ ਨਾਮ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਦੇਖ ਰਹੇ ਹੋ, ਉਹ ਵੀਡੀਓ ਬਿਲਕੁਲ ਪੂਰੀ ਤਰ੍ਹਾਂ ਫੇਕ ਹੈ। ਉਹਦਾ ਕਾਰਨ ਇਹ ਹੈ ਕਿ ਅੱਜ ਤੋਂ 15 ਦਿਨ ਪਹਿਲੇ ਸਾਡੇ ਇੰਸਟਾਗ੍ਰਾਮ ਦੇ ਉੱਤੇ ਮੈਸੇਜ ਆਉਂਦਾ ਇੱਕ ਕਿ ਇਹ ਵਾਲੀ ਵੀਡੀਓ ਭੇਜ ਕੇ ਕਿ ਮੇਰੇ ਅਕਾਊਂਟ ਦੇ ਵਿੱਚ ਇੰਨੇ ਪੈਸੇ ਟ੍ਰਾਂਸਫਰ ਕਰ ਦਿੱਤੇ ਜਾਣ, ਨਹੀਂ ਤੇ ਇਹ ਵੀ। ਔਰ ਮੈਂ ਭਾਈ ਮੈਂ ਇੱਕ ਹੀ ਬਾਤ ਕਹਿਣਾ ਚਾਹੂੰਗਾ ਕਿ ਉਹ ਵੀਡੀਓ ਸੱਚ ਮੇ ਹੈ, ਰੀਅਲ ਹੈ ਜਾਂ ਫੇਕ ਹੈ, ਪਰ ਐਸਾ ਨਹੀਂ ਕਰਨਾ ਚਾਹੀਏ। ਕਿਸੇ ਵੀ ਕਪਲ ਕੇ ਲਈ ਜਾਂ ਕਿਸੇ ਵੀ ਇਨਸਾਨ ਕੇ ਲਈ ਇਹ ਮੋਮੈਂਟ ਬਹੁਤ ਹੀ ਜ਼ਿਆਦਾ ਸ਼ਰਮਨਾਕ ਹੁੰਦਾ ਹੈ। ਇੱਕ ਉਨ੍ਹਾਂ ਦਾ ਪਰਸਨਲ ਮੋਮੈਂਟ ਹੈ ਔਰ ਉਹਨਾਂ ਦੇ ਬੱਚਿਆਂ ਨੇ ਫੋਟੋਆਂ ਖਿਚਵਾਈਆਂ ਸਾਡੇ ਨਾਲ ਤੇ ਉਹਨਾਂ ਨੇ ਹੱਥੇ 'ਚ ਫੜੇ ਹੋਏ ਸੀ ਟੋਏ ਗਨ ਤੇ ਉਹਨਾਂ ਨੇ ਨਾਲ ਹੀ ਮਤਲਬ ਅਸੀਂ ਦੇਖਿਆ, ਮੈਂ ਕਿਹਾ ਚਲੋ ਜਿੱਦਾਂ ਐਜ਼ ਹੁੰਦਾ ਸ਼ੌਂਕ ਵੀ ਚਲੋ ਚੀਜ਼ ਅਸੀਂ ਫੋਟੋ ਕਰਾ ਲਈਏ ਤੇ ਅਸੀਂ ਉਦਾਂ ਹੀ ਫੜ ਕੇ ਇੱਕ ਵੀਡੀਓ ਬਣਾਈ। ਪਿਛਲੇ ਕਾਫੀ ਸਮੇਂ ਮੈਂ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ ਆਏ ਹਨ ਜਦ ਲੋਕਾਂ ਨੇ ਆਪਣੇ ਪਰਸਨਲ ਵੀਡੀਓਜ਼ ਔਰ ਆਪਣੇ ਪਰਸਨਲ ਵੀਡੀਓਜ਼ ਜਾਂ ਚੈਟਸ ਵਗੈਰਾ ਆਪਣੇ ਉਹਨਾਂ ਨੇ ਆਪਣੇ ਡਿਵਾਈਸਸ ਮੇ ਰੱਖੇ ਹਨ ਸੇਵ ਕਰਕੇ ਔਰ ਬਾਅਦ ਮੇ ਉਹ ਲੀਕ ਹੋ ਗਏ ਕਿਸੇ ਵਜ੍ਹਾ ਸੇ ਜਾਂ ਕਿਸੇ ਦੇ ਦੁਆਰਾ। ਤੋ ਵੀ ਮੈਂ ਇਹੀ ਕਹੂੰਗਾ ਕਿ ਆਪ ਐਸੀ ਵੀਡੀਓ ਬਣਾਓ ਮਤ, ਉਹਨੇ ਸੇਵ ਵੀ ਮਤ ਕਰੋ। ਅਗਰ ਆਪ ਐਸਾ ਕਰਤੇ ਹੋ ਤੋ ਕਹੀਂ ਨਾ ਕਹੀਂ ਕਿਸੇ ਤਰ੍ਹਾਂ ਦੀ ਸਿਚੁਏਸ਼ਨਸ ਆਏਗੀ ਔਰ ਅਭੀ ਹਮ ਕਿਆ ਹੀ ਕਰ ਸਕਤੇ ਹੈਂ, ਇਨਕੇ ਲੀਏ ਹਮ ਸਿੰਪਥੀ ਹੀ ਦਿਖਾ ਸਕਤੇ ਹੈਂ। ਬਾਕੀ मैं एक ही बात कहना चाहूंगा, अगर किसी तक भी ऐसा वीडियो पहुंचता है तो आप उसे ना ही शेयर करें तो अच्छा है। बाकी इन्होंने जो गलती की है उसकी सजा तो इन्हें मिल चुकी है और शायद ये नहीं याद रहेगा।